ਦੇਖੋ ਸੀਐਮ ਮਾ ਨੇ ਪੰਜਾਬ ਦੇ ਵਿਕਾਸ ਦੇ ਲਈ ਚੱਕ ਲਿਆ ਹੈ ਵੱਡਾ ਕਦਮ ਇੱਥੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਹੁਣ ਪੰਜਾਬ ਦਾ ਵਿਕਾਸ ਸੱਚਮੁੱਚ ਹੋਵੇਗਾ ਜਾਂ ਫਿਰ ਪੁਰਾਣੀਆਂ ਸਰਕਾਰਾਂ ਦੇ ਸਮੇਂ ਵਾਂਗ ਜਿਵੇਂ ਪੰਜਾਬ ਦੇ ਸਿਰ ਕਰਜ਼ੇ ਤੇ ਕਰਜ਼ਾ ਚੜਿਆ ਹੈ ਹੁਣ ਵੀ ਉਹੀ ਹਾਲ ਹੋਵੇਗਾ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਪੂਰਨ ਤੌਰ ਤੇ ਕਾਫੀ ਸਿੱਟਿਆਂ ਦੇ ਨਾਲ ਪੰਜਾਬ 'ਚ ਆਪਣੀ ਸਰਕਾਰ ਬਣਾਈ ਸਰਕਾਰ ਬਣਾਉਣ ਤੋਂ ਪਹਿਲਾਂ ਲਗਾਤਾਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਸੀ ਆ ਭਗਵੰਤ ਮਾਨ ਇਹਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਤੇ ਵਾਅਦਾ ਕੀਤਾ ਜਾ ਰਿਹਾ ਸੀ ਗਰੰਟੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਜੇਕਰ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਵਿਕਾਸ ਕਾਰਜ ਕੀਤੇ ਜਾਣਗੇ ਪਰ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਕਿ ਪੰਜਾਬ ਦਾ ਵਿਕਾਸ ਕਰਨ ਦੇ ਲਈ ਪੰਜਾਬ ਦੇ ਕੋਲ ਪੈਸਾ ਯਾਨ ਗਰੰਟੀਆਂ ਵਾਦੇ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤੇ ਗਏ ਜਦੋਂ ਉਹ ਵਾਦੇ ਪੂਰੇ ਕਰਨ ਦਾ ਵਕਤ ਆਇਆ ਤਾਂ ਪਤਾ ਲੱਗਿਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜਿਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਜਿਹੜਾ ਬਿਜਲੀ ਦਾ ਮੁੱਦਾ ਸੀ ਜੋ ਸਭ ਤੋਂ ਮੁੱਖ ਮੰਨਿਆ ਜਾ ਰਿਹਾ ਸੀ ਹਰ ਘਰ ਨੂੰ 300 ਯੂਨਟ ਮੁਫਤ ਬਿਜਲੀ ਦੇਣ ਦਾ ਐਲਾਨ ਭਗਵੰਤ ਮਾਨ ਹੁਣਾਂ ਦੇ ਵੱਲੋਂ ਕੀਤਾ ਗਿਆ ਸੀ ਪਰ ਇਸ ਦੇ ਨਾਲ ਕੁਝ ਹੋਰ ਐਲਾਨ ਸੀ ਕੁਝ ਗਰੰਟੀਆਂ ਸੀ ਵਾਦੇ ਸੀ ਜੋ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਨੇ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਵਿੱਚ ਇੱਕ ਗਾਰੰਟੀ ਜਿਹੜੀ ਆਉਂਦੀ ਹੈ ਇੱਕ ਵਾਦਾ ਆਉਂਦਾ ਸੀ ਕਿ ਹਰ ਮਹੀਨੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦਿੱਤਾ ਜਾਵੇਗਾ ਪਰ ਜੇਕਰ ਇਸ ਦੇ ਨਾਲ ਹੀ ਹੁਣ ਅਸੀਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਕਿ ਭਗਵਾਨ ਤਮਾਨ ਹੁਣਾ ਦੇ ਵੱਲੋਂ ਵਰਲਡ ਬੈਂਕ ਦੇ ਕੋਲੋਂ 1200 ਕਰੋੜ ਰੁਪਏ ਦਾ ਕਰਜ਼ਾ ਲਿੱਤਾ ਗਿਆ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਵਰਲਡ ਬੈਂਕ ਤੋਂ 12 ਸੋ ਕਰੋੜ ਦਾ ਕਰਜ਼ਾ ਲਿੱਤਾ ਗਿਆ ਹੈ ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਿਰਫ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਕਰਜ਼ਾ ਚੜਿਆ ਹੋਇਆ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਕਰਜ਼ਾ ਜਿਹੜਾ ਹੈ ਉਹ ਹਲੇ ਤੱਕ ਨਹੀਂ ਦਿੱਤਾ ਗਿਆ ਤੇ ਹੋਰ ਕਰਜ਼ਾ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਉੱਤੇ ਚੜਾ ਲਿਆ 1200 ਕਰੋੜ ਰੁਪਇਆ ਘਟ ਨਹੀਂ ਹੁੰਦਾ World Bank ਦੇ ਕੋਲੋਂ ਇਹ ਮੰਗਿਆ ਗਿਆ ਏ ਤੇ World Bank ਨੇ 1200 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੈ ਸਰਕਾਰ ਦੇ ਖਾਤੇ ਦੇ ਵਿੱਚ ਪਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ 150 ਕਰੋੜ ਮਿਲੀਣ ਦੀ ਕਰਜ਼ੇਦਾਰ ਹੋ ਚੁੱਕੀ ਹੈ ਪੰਜਾਬ ਸਰਕਾਰ ਤੇ ਇੱਥੇ ਸਵਾਲ ਤਾਂ ਇਹ ਹੀ ਬਣ ਰਿਹਾ ਹੈ ਕਿ ਵਿਕਾਸ ਦੇ ਕਰਕੇ ਜੋ ਹੈ ਕਰਜ਼ੇ ਲیتے ਜਾ ਰਹੇ ਨੇ ਤੇ ਇਹ ਕਰਜ਼ੇ ਵਾਪਸ ਕਿਵੇਂ ਕੀਤੇ ਜਾਣਗੇ ਹੋ ਸਕਦਾ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਖਰਾਬ ਹੋ ਜਾਵੇ ਜਿਵੇਂ ਕਿ ਇਸ ਵੇਲੇ ਸ਼੍ਰੀ ਲੰਕਾ ਦੇ ਹਾਲਾਤ ਬਣੇ ਹੋਏ ਨੇ ਕਰਜ਼ਾ ਲੈ ਲੈ ਕੇ ਉਸ ਤਰੀਕੇ ਦੇ ਹਾਲਾਤ ਪੰਜਾਬ 'ਚ ਬਣ ਜਾਵੇ ਤੇ ਹੁਣ ਇਸ ਵੇਲੇ ਪਾਕਿਸਤਾਨ ਨੇ ਵੀ ਕਰਜ਼ਾ ਲੈ ਕੇ ਤੁਸੀਂ ਦੇਖ ਸਕਦੇ ਹੋ ਸੁਣਿਆ ਤੁਸੀਂ ਖਬਰਾਂ ਚ ਬਈ ਕਿਵੇਂ ਦੇ ਹਾਲਾਤ ਬਣ ਚੁੱਕੇ ਹਨ ਤੇ ਹੋ ਸਕਦਾ ਹੈ ਕਿ ਪੰਜਾਬ ਦੀ ਅਰਥਵਿਵਸਥਾ ਇਸ ਤਰੀਕੇ ਦੇ ਨਾਲ ਖਰਾਬ ਹੋ ਜਾਵੇ ਕਿਉਂਕਿ ਦੋ ਸਰਕਾਰਾਂ ਦੇ ਸਮੇਂ ਤੇ ਕਰਜ਼ਾ ਲਿੱਤਾ ਗਿਆ ਸੀ ਜੋ ਕਿ ਅੱਜ ਤੱਕ ਵਾਪਸ ਨਹੀਂ ਕੀਤਾ ਗਿਆ ਨਾਮੀ ਖਬਰ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ